ਹੈਲੋ ਗਾਇਜ਼ ਵੈਲਕਮ ਬੈਕ ਟੂ ਅਵਰ ਚੈਨਲ ਸਿੰਪਲੀਫਾਈਡ ਸਟਡੀ ਅਫੀਸ਼ੀਅਲ ਤੇ ਗਾਇਜ਼ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਰਨ ਵਾਲੇ ਆ ਬੀਕੋਮ ਫਰਸ ਸੈਮ ਦੀ ਜਿਹੜੀ ਬੁੱਕ ਹੈ ਪਰਿੰਦੇ ਜਾਨ ਹੁਣ ਕਿੱਥੇ ਜਿਹੜਾ ਤੁਹਾਡਾ ਨਾਟਕ ਹੈ ਉਹਦਾ ਸੀਨ 2 ਕਰਨ ਵਾਲੇ ਆ ਪਿਛਲੀ ਵੀਡੀਓ ਦੇ ਵਿੱਚ ਅਸੀਂ ਇਹਦਾ ਸੀਨ ਨੰਬਰ 1 ਕੀਤਾ ਸੀਗਾ ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਅਗਰ ਤੁਸੀਂ ਨਹੀਂ ਦੇਖਿਆ ਤਾਂ ਪਹਿਲਾਂ ਉਹਨੂੰ ਜਾ ਕੇ ਦੇਖੋ ਤਾਂ ਹੀ ਅੱਗੇ ਤੁਹਾਨੂੰ ਸਮਝ ਆਏਗਾ ਐਂਡ ਪੰਜਾਬੀ ਦੀ ਫੁੱਲ ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੇ ਸਟਾਰਟ ਕਰਦੇ ਆ ਸੀਨ 2 ਜਿਹੜਾ ਹੈਗਾ ਇਹ ਇੱਕ ਜਿਹੜੀ ਮਤਲਬ ਸੀਨ 2 ਕਿੱਥੋਂ ਸਟਾਰਟ ਹੁੰਦਾ ਹੈ ਕੇਹਰੂ ਦਾ ਜਿਹੜਾ ਘਰ ਹੁੰਦਾ ਉੱਥੋਂ ਇਹ ਸੀਨ ਸਟਾਰਟ ਹੁੰਦਾ ਹੈ ਸਮਾਂ ਸ਼ਾਮ ਹੋਈ ਹੁੰਦੀ ਹੈ ਠੀਕ ਹੈ ਸੀਨ ਸ਼ੁਰੂ ਹੁੰਦਾ ਹੈ ਤਾਂ ਪਹਿਲਾ ਸੀਨ ਦੇ ਫੇਡ ਆਊਟ ਤੋਂ ਸ਼ੁਰੂ ਹੋਇਆ ਗੀਤ ਚੱਲ ਰਿਹਾ ਠੀਕ ਹੈ ਜਦੋਂ ਵੀ ਸੀਨ ਸ਼ੁਰੂ ਹੁੰਦਾ ਹੈ ਜਾਂ ਬਾਅਦ ਹੁੰਦਾ ਫਿਰ ਉਹ ਗੀਤ ਵਗੈਰਾ ਚਲਾਉਂਦੇ ਨੇ ਕੇਹਰੂ ਦੇ ਘਰ ਵਿੱਚ ਚਾਰੇ ਪਾਸੇ ਖਿਲਾਰਾ ਪਿਆ ਹੋਇਆ ਹੈ ਇੱਕ ਜਗ੍ਹਾ ਕਿੰਨਾ ਸਾਰਾ ਬਾਲਣ ਪਿਆ ਹੋਇਆ ਹੈ ਬਾਲਣ ਮਤਲਬ ਲੱਕੜਾਂ ਪਈਆਂ ਜਿੰਨਾ ਚੁੱਲ੍ਹਾ ਬਾਲਿਆ ਜਾਏਗਾ ਜਿਸ ਨੂੰ ਐਨਤੀ ਇਕੱਠਾ ਕਰ ਰਹੀ ਹੈ ਠੀਕ ਹੈ ਐਨਤੀ ਕੌਣ ਆ ਜੋ ਜਿਹੜੀ ਮਸੱਲੀ ਉਹਨੇ ਖ ਫਿਰ ਚਾਰੇ ਪਾਸੇ ਸਫਾਈ ਕਰਦੀ ਹੈ ਠੀਕ ਹੈ ਜਿਹੜੀ ਣਤੀ ਹੈਗੀ ਏ ਉਹ ਸਾਰੇ ਪਾਸੇ ਸਫਾਈ ਕਰਦੀ ਹੈ ਫਿਰ ਟਹੇ ਹੋਏ ਮੰਜੇ ਨੂੰ ਚੁੱਕ ਕੇ ਅੰਦਰ ਰੱਖ ਦਿੰਦੀ ਹੈ ਕਿ ਡਿਆ ਹੋਇਆ ਮੰਜਾ ਹੁੰਦਾ ਉਹਨੂੰ ਚੱਕ ਕੇ ਅੰਦਰ ਰੱਖ ਦਿੰਦੀ ਹੈ ਇਸ ਦੌਰਾਨ ਗੀਤ ਚੱਲ ਰਿਹਾ ਠੀਕ ਹੈ ਜਿਹੜਾ ਆ ਤੁਹਾਡਾ ਇੱਕਦਮ ਡਾਰਕ ਕੀਤਾ ਹੈ ਸਾਰਾ ਗੀਤ ਹੈ ਠੀਕ ਹੈ ਇੱਕ ਵਾਰ ਤੁਸੀਂ ਰੀਡ ਕਰ ਲਿਓ ਗੀਤ ਖਤਮ ਹੁੰਦੇ ਹੀ ਇਹ ਣਤੀ ਜਿਵੇਂ ਹੀ ਮੰਜਾ ਚੁੱਕ ਕੇ ਅੰਦਰ ਜਾਂਦੀ ਹੈ ਤਾਂ ਬਾਹਰੋਂ ਕੇਰੂ ਅੰਦਰ ਆ ਜਾਂਦਾ ਜਿਵੇਂ ਮੰਜਾ ਡਾਇਆ ਹੁੰਦਾ ਚੱਕ ਕੇ ਅੰਦਰ ਇਥੇ ਰੱਖਣ ਚਲ ਜਾਂਦੀ ਹੈ ਤੇ ਇੱਕਦਮ ਕੇਰੂ ਆ ਜਾਂਦਾ ਹੈ ਠੀਕ ਹੈ ਤੇ ਘਰ ਨੂੰ ਬਦਲਿਆ ਹੋਇਆ ਮਤਲਬ ਘਰ ਦੀ ਬਦਲੀ ਉਹ ਹਾਲਾਤ ਨੂੰ ਦੇਖ ਕੇ ਉਹ ਹੈਰਾਨ ਹੁੰਦਾ ਤੇ ਕੇਰੂ ਕਹਿੰਦਾ ਇਹ 29 ਇਹ 29 ਅੰਦਰੋਂ ਬਾਹਰ ਆਂਦੀ ਹੈ ਤੇ ਕਹਿੰਦੀ ਹੈ ਹਾਂਜੀ ਕੇਰੂ ਕਹਿੰਦਾ ਆ ਕੀ ਘਰ ਦਾ ਸਾਰਾ ਹੁਲੀਏ ਬਦਲ ਦਿੱਤਾ ਇੱਥੇ ਬਾਲਣ ਪਿਆ ਸੀ ਇੰਨਾ ਸਾਰਾ ਉਹ ਕਿੱਦਾਂ ਰੱਖਤਾ ਉਸ ਤੋਂ ਬਾਅਦ 29 ਕਹਿੰਦੀ ਹੈ ਜਿੱਥੇ ਰੱਖਣਾ ਚਾਹੀਦਾ ਸੀ ਕੇਰੂ ਕਹਿੰਦਾ ਹੂੰ 29 ਕਹਿੰਦੀ ਹੈ ਰਸੋਈ ਲਾਗੇ 어 ਮਤਲਬ ਸਬਾਤ ਤੇ ਖੁੰਜੇ ਵਿੱਚ ਰੱਖਤਾ ਤੇ ਕੇਰੂ ਕਹਿੰਦਾ ਕਿਉਂ ਇੱਥੇ ਕੀ ਕਹਿੰਦਾ ਸੀ ਉਹ ਕਹਿੰਦੀ ਜੇ ਮੀ ਆ ਜਾਂਦਾ ਤਾਂ ਬਾਲਣ ਪੁੱਜਦੇ ਆ ਨਹੀਂ ਅੱਛਾ ਭੇਜ ਜਾਉ ਤੇ ਇਹ ਨਿੱਤੀ ਕੰਦੀਆਂ ਹੂੰ ਕੇਰੂ ਕਹਿੰਦਾ ਕੇਰੂ ਫਿਰ ਕਹਿੰਦਾ ਕਿ ਇੱਥੇ ਇੱਕ ਮੰਝਾ ਪਿਆ ਹੋਇਆ ਸੀਗਾ ਉਹ ਕਿੱਧਰ ਰੱਖਤਾ ਤੇ ਉਹ ਕਹਿੰਦੀ ਕਿ ਜਿੱਥੇ ਰੱਖਣਾ ਚਾਹੀਦਾ ਸੀ ਕੇਰੂ ਕਹਿੰਦਾ ਕਿੱਥੇ ਤੇ ਉਹ ਕਹਿੰਦੀ ਸਬਾਤ ਵਿੱਚ ਕੇਰੂ ਫਿਰ ਇੱਕਦਮ ਗੁੱਸੇ ਹੋ ਜਾਂਦਾ ਕਿ ਸਾਰਾ ਕੁਝ ਉਹਨੇ ਜਿੱਥੇ ਪਿਆ ਸੀ ਇੱਕ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਜਗ੍ਹਾ ਤੇ ਰੱਖਤਾ ਸਾਡਾ ਵੀ ਕੋਈ ਸਮਾਨ ਚੱਕ ਕੇ ਉੱਧਰ ਉੱਧਰ ਕਰ ਦਵੇ ਸਾਨੂੰ ਗੁੱਸਾ ਚੜ ਜਾਂਦਾ ਤੇ ਉਹ ਕਹਿੰਦਾ ਜੇ ਸਾਰਾ ਕੁਝ ਸਬਾਤ ਵਿੱਚ ਹੀ ਰੱਖਣਾ ਹੈ ਫਿਰ ਬਾਕੀ ਘਰ ਵਿੱਚ ਆਪਾਂ ਮਸਰਨਾ ਬੀਜ ਦਈਏ ਮਤਲਬ ਮਗੰਦਾ ਕਿ ਤੁਸੀਂ ਖੇਤੀ ਕਰ ਲੈਣੇ ਆ ਜੇ ਸਾਨੂੰ ਅਸੀਂ ਇਹਨੂੰ ਯੂਜ਼ ਹੀ ਨਹੀਂ ਕਰਨਾ ਤੇ ਨਤੀ ਕਹਿੰਦੀ ਮਸਰ ਦੀ ਖੇਤੀ ਤਾਂ ਬੀਜਦੇ ਆ ਕੇਰੂ ਕੇਰੂ ਹੋਰ ਜਦਾ ਕੀ ਕਰਦਾ ਉਹਨੂੰ ਗੁੱਸਾ ਆ ਜਾਂਦਾ ਤੇ ਕਹਿੰਦਾ ਮਤਲਬ ਓਖਾ ਜਿਹਾ ਹੋ ਕੇ ਉਹ ਕਹਿੰਦਾ ਹੂੰ ਐ ਨਤੀ ਕਹਿੰਦੀ ਐ ਇੱਥੇ ਮੰਜਾ ਸਾਰਾ ਦਿਨ ਡੇਹਾ ਪਲਾ ਚੰਗਾ ਲੱਗਦਾ ਸੀ ਉਹ ਕਹਿੰਦਾ ਤੇ ਚੰਗਾ ਲੱਗਦਾ ਸੀਗਾ ਜਦ ਲੋੜ ਹੀ ਨਹੀਂ ਚੁੱਕ ਕੇ ਅੰਦਰ ਸਵਾਦ ਵਿੱਚ ਖੜਾ ਕਰ ਦੇ ਦੇਣਾ ਚਾਹੀਦਾ ਹੈ ਬੇਨਾ ਲੋੜ ਤੋਂ ਸਾਰੇ ਮੰਜੇ ਘਾਰ ਵਿੱਚ ਢਾ ਕੇ ਥੋੜਾ ਨਾ ਰੱਖੀ ਦੇ ਆ ਕੇਹਰੂ ਕਹਿੰਦਾ ਲੋਡ ਪੈਣ ਤੇ ਤਾਂ ਡਾਹਿਆ ਜਾ ਸਕਦਾ ਹੈ ਨਾ ਤੇ ਨਤੀ ਕਹਿੰਦੀ ਆ ਹਾਂ ਕਿਉਂ ਨਹੀਂ ਕੇਹਰੂ ਕਹਿੰਦਾ ਫਿਰ ਮਿਹਰਬਾਨੀ ਕਰਕੇ ਮੰਜਾ ਇੱਥੇ ਡਾ ਦੇ ਮੈਂ ਤਕਾਲਾਂ ਵੇਲੇ ਇੱਥੇ ਹੀ ਬੈਨਾ ਵਾਂ ਠੀਕ ਹੈ ਮਤਲਬ ਕਹਿੰਦਾ ਮੈਂ ਸ਼ਾਮ ਵੇਲੇ ਇੱਥੇ ਹੀ ਬੈਨਾ ਹੁੰਨਾ ਤੇ ਨਤੀ ਕਹਿੰਦੀ ਹੈ ਹੌਲੀ ਹੌਲੀ ਮੈਨੂੰ ਸਾਰੀਆਂ ਗੱਲਾਂ ਪਤਾ ਲੱਗ ਜਾਊਂਗੀ ਫਿਰ ਮੈਂ ਉਵੇਂ ਹੀ ਕਰੂੰ ਜਿਵੇਂ ਤੁਸੀਂ ਕਹੋ ਤੇ ਫਿਰ ਉਹ ਮੰਜਾ ਲਿਆ ਕੇ ਡਾ ਦਿੰਦੀ ਹੈ ਠੀਕ ਹੈ ਸ਼ਰਾਰਤ ਨਾਲ ਉੱਥੇ ਕੱਪੜਾ ਵਿਛਾ ਦਿੰਦੀ ਹੈ ਕੇਹਰੂ ਗੁੱਸੇ ਨਾਲ ਕਹਿੰਦਾ ਕਿ ਮੈਂ ਇਸ ਘਰ ਦਾ ਮਾਲਕ ਹਾਂ ਠੀਕ ਹੈ ਪ੍ਰਾਉਣਾ ਨਹੀਂ ਉਹ ਕਹਿੰਦਾ ਮੈਂ ਮਾਲਕ ਹਾਂ ਮ ਤੇ ਨਿਤੀ ਕਹਿੰਦੀ ਆ ਮੈਂ ਕਦੋਂ ਮੁਕਰਦੀ ਆ ਕਿ ਤੁਸੀਂ ਇੱਥੇ ਘਰ ਦੇ ਮਾਲਕ ਨਹੀਂ ਹੈਗੇ ਤਾਂ ਕੇਹਰੂ ਕਹਿੰਦਾ ਤਾਂ ਫਿਰ ਕੰਨ ਖੋਲ ਕੇ ਸੁਣ ਲੈ ਇਸ ਘਰ ਵਿੱਚ ਮੇਰੇ ਤੇ ਹੁਕਮ ਚਲਾਉਣ ਦੀ ਲੋੜ ਨਹੀਂ ਤੇ ਨਾ ਹੀ ਬਹੁਤੀ ਅੰਦਰਲੀ ਅਦਲਾ ਬਦਲੀ ਕਰਨ ਦੀ ਲੋੜ ਹੈ ਜਿੱਦਾਂ ਹੈਗਾ ਉਦਾਂ ਹੀ ਠੀਕ ਹੈ ਤੇ ਫਿਰ ਇਹ ਨਿਤੀ ਕਹਿੰਦੀ ਆ ਫਿਰ ਮੈਨੂੰ ਕਿਉਂ ਖਰੀਦ ਕੇ ਲਿਆਏ ਹੋ ਜੇ ਜਿਵੇਂ ਜਿਵੇਂ ਤੁਸੀਂ ਕਰਨਾ ਉਦਾਂ ਹੀ ਰੱਖਣਾ ਤੇ ਕੇਹਰੂ ਕਹਿੰਦਾ ਪਹਿਲਾਂ ਪਤਾ ਹੁੰਦਾ ਤਾਂ ਸ਼ੈਲ ਤੇ ਫਿਰ ਇਹ ਨਿਤੀ ਕਹਿੰਦੀ ਆ ਕੀ ਕਿਹਾ ਫਿਰ ਕੇਹਰੂ ਕਹਿੰਦਾ ਮੈਂ ਮੈਂ ਤੈਨੂੰ ਖਰੀਦਣਾ ਨਹੀਂ ਸੀ ਚਾਹੁੰਦਾ ਉਹ ਤਾਂ ਤੇਰੇ ਪਹਿਲੇ ਖਸਮ ਕੈਲੇ ਨੂੰ ਪੈਸੇ ਦੀ ਲੋੜ ਸੀ ਤਾਂ ਵੇਚ ਗਿਆ ਤੈਨੂੰ ਮੇਰੇ ਕੋਲ ਉਹਦੀ ਮਜਬੂਰੀ ਨਹੀਂ ਵੇਖੀਗੀ ਇਨੇਤੀ ਕਹਿੰਦੀ ਬਸ ਕੋਈ ਹੋਰ ਕారణ ਨਹੀਂ ਸੀ ਕੇਹਰੂ ਕਹਿੰਦਾ ਹੋਰ ਕੀ ਫਿਰ ਇਨੇਤੀ ਕਹਿੰਦੀ ਅੱਛਾ ਉਸ ਦਿਨ ਜਦ ਤੁਸੀਂ ਜਦੋਂ ਮੈਂ ਕੈਲੇ ਨਾਲ ਤੈਨੂੰ ਦੇਖਿਆ ਦੇਖਣ ਆਈ ਸੀ ਉਦੋਂ ਤਾਂ ਬੜਾ ਬਿਟਰ ਬਿਟਰ ਝੱਕਦਾ ਸੀ ਮੇਰੇ ਵੱਲ ਤੇ ਕੇਹਰੂ ਕਹਿੰਦਾ ਸੋਣੀ ਧੀਵੀ ਵੱਲ ਦੇਖਿਆ ਦੇਖ ਹੋ ਜਾਂਦਾ ਤੇ ਫਿਰ ਐਨੈਤੀ ਕਹਿੰਦੀ ਐ ਮੈਂ ਤੈਨੂੰ ਸੋਣੀ ਲੱਗੀ ਸੀ ਨਾ ਤੇ ਕੇਹਰੂ ਕਹਿੰਦਾ ਉਹ ਤਾਂ ਹੁਣ ਵੀ ਲੱਗਦੀ ਐ ਐਨੈਤੀ ਕਹਿੰਦਾ ਫਿਰ ਹੁਣੇ ਹੁਣੇ ਕੀ ਕਹਿੰਦਾ ਸੀ ਕੇਹਰੂ ਕਹਿੰਦਾ ਹੁਣੇ ਮੈਂ ਕੀ ਕਿਹਾ ਬਸ ਇੰਨਾ ਹੀ ਕਿਹਾ ਕਿ ਜਿਵੇਂ ਕਿਤੇ ਗਵਾਚ ਗਿਆ ਹੋਵੇ ਫੇਰ ਇੱਕਦਮ ਚੁੱਪ ਕਰ ਜਾਂਦਾ ਫੇਰ ਕਹਿੰਦਾ ਐ ਐਨੈਤੀ ਮੈਨੂੰ ਪਸੰਦ ਐ ਬਹੁਤ ਸੋਣੀ ਐ ਮਤਲਬ ਇਹ ਨੇਤੀ ਦੀ ਤਾਰੀਫ ਕਰਨ ਲੱਗ ਜਾਂਦਾ ਕਿ ਉਹਦਾ ਚਿਹਰਾ ਇਦਾਂ ਦਾ ਹੈ ਠੀਕ ਹੈ ਸਾਰਾ ਕੁਝ ਉਹਦੀ ਗੱਲਾਂ ਕਰਨ ਲੱਗ ਜਾਂਦਾ ਫਿਰ ਇਹ ਨੇਤੀ ਕਹਿੰਦੀ ਹੈ ਕਿਹਰੂ ਦੇ ਮੋਢੇ ਉੱਤੇ ਹੱਥ ਰੱਖ ਕੇ ਕਹਿੰਦੀ ਹੈ ਤੂੰ ਜਿਹੋ ਜਿਹਾ ਵੀ ਹੈ ਬੰਦਾ ਮਾੜਾ ਨਹੀਂ ਹੈ ਤੇ ਕਿਹਰੂ ਕਹਿੰਦਾ ਸੱਚ ਠੀਕ ਹੈ ਫਿਰ ਇੱਕਦਮ ਸ਼ਰਮਿੰਦਾ ਜਾ ਹੋ ਜਾਂਦਾ ਫਿਰ ਇਹ ਨੇਤੀ ਸ਼ਰਾਰਤ ਨਾਲ ਘੜੇ ਵਾਲਾ ਗਲਾਸ ਚੱਕਦੀ ਹੈ ਫਿਰ ਕਹਿੰਦੀ ਹੈ ਘੜੇ ਵਾਲਾ ਗਲਾਸ ਮੈਂ ਚੰਗੀ ਤਰ੍ਹਾਂ ਤੋ ਦਿੱਤਾ ਹੈ ਉਹਦੇ ਚ ਹੀ ਲਿਆਵਾ ਜਾਂ ਪਹਿਲਾ ਵਰਗਾ ਚਾਹੀਦਾ ਹੈ ਠੀਕ ਹੈ ਉਹ ਕਹਿੰਦਾ ਮਤਲਬ ਮੈਨੂੰ ਪਾਣੀ ਦੇ ਦੇ ਤੇ ਕਿਹਰੂ ਕਹਿੰਦਾ ਜਿੱਦਾਂ ਮਰਜ਼ੀ ਲੈ ਆਓ ਪਰ ਜਾ ਤਾਂ ਸਹੀ ਇਨੇਤੀ ਪਾਣੀ ਲੈ ਕੇ ਆਂਦੀ ਐ ਕੀ ਵੰਡਿਆ ਗਿਆ ਕੁਝ ਨਹੀਂ ਇਨੇਤੀ ਕਹਿੰਦੀ ਐ ਨਾਲੇ ਬੋਲੀ ਜਾਂਦੇ ਸੀ ਕੇਹਰੂ ਮੇਰੀ ਹਰ ਗੱਲ ਵਿੱਚ ਟੰਗ ਅੜਾਉਣਾ ਕੀ ਜ਼ਰੂਰੀ ਐ ਇੱਕਦਮ ਕੇਹਰੂ ਖੱਕੀ ਚ ਜਾਂਦਾ ਐ ਇਨੇਤੀ ਨੂੰ ਕਹਿੰਦਾ ਫਿਰ ਵੀ ਕੀ ਵੰਡਿਆ ਗਿਆ ਕਿ ਤੁਸੀਂ ਕਿਹੜੀ ਗੱਲ ਕਰ ਰਹੇ ਸੀ ਕੇਹਰੂ ਕਹਿੰਦਾ ਵੰਡਿਆ ਗਿਆ ਮੇਰਾ ਸਿਰ ਹਾਲੇ ਨਹੀਂ ਕੁਝ ਵੀ ਵੰਡਿਆ ਗਿਆ ਪਰ ਵੰਡਿਆ ਜਾਉ ਕਹਿੰਦੇ ਨੇ ਆਖੇ ਹਿੰਦੁਸਤਾਨ ਨੂੰ ਆਜ਼ਾਦੀ ਮਿਲ ਜਾਣੀ ਇਹ ਮਿਲ ਜਾਣ ਵਾਲੀ ਐ ਪਰ ਆਜ਼ਾਦੀ ਦੇ ਨਾਲ ਇਹ ਕੀ ਹੈ ਕਹਿੰਦੇ ਹੈ ਕਿ ਮੁਲਕ ਵੰਡਿਆ ਜਾਉ ਦੋ ਤਾਂ ਯਾਨੀ ਮਤਲਬ ਉਹ ਕਹਿੰਦਾ ਪਾਕਿਸਤਾਨ ਤੇ ਇੰਡੀਆ ਉਹ ਹੋ ਜਾਊਗਾ ਉਸ ਟਾਈਮ ਦੀ ਗੱਲ ਹੋ ਰਹੀ ਹੈ ਇਹ ਨੇਤੀ ਕਹਿੰਦੀ ਅੱਛਾ ਕਿਹਰੂ ਕਹਿੰਦਾ ਹਾਂ ਫਿਰ ਇਹ ਨੇਤੀ ਕਹਿੰਦੀ ਹੈ ਇਹਦੇ ਚ ਇੰਨਾ ਉੱਚੀ ਉੱਚੀ ਬੋਲਣ ਦੀ ਕੀ ਲੋੜ ਸੀ ਕਿਵੇਂ ਸਾਹ ਚੜਾ ਰਿਆ ਮਤਲਬ ਕਿਹਰੂ ਨੂੰ ਕਹਿੰਦੀ ਹੈ ਸਾਹ ਤਾਂ ਚੜੂਗਾ ਹੀ ਨਾ ਜਦੋਂ ਗਲਤ ਕੰਮ ਕਰਨ ਕਰਨਗੇ ਤੇ ਇਹ ਨੇਤੀ ਕਹਿੰਦੀ ਹੈ ਕੌਣ ਫਿਰ ਕਿਹਰੂ ਇੱਕਦਮ ਗੱਲ ਪਲਟਦਾ ਹੈ ਤੇ ਕਹਿੰਦਾ ਆਪਣੇ ਲੀਡਰ ਫਿਰ ਇਹ ਨੇਤੀ ਕਹਿੰਦੀ ਹੈ ਆਪਣੇ ਲੀਡਰ ਜਾਂ ਆਪਣੇ ਫਿਰ ਕੇਰੂ ਹਾਰ ਕੇ ਹੱਥ ਜੋੜਦਾ ਹੈ ਇਹ ਨੈਤੀ ਜਿਹੜੀ ਹੈ ਉੱਥੇ ਹੱਥ ਫੜਦੀ ਹੋਈ ਤੁਹਾਨੂੰ ਹੱਥ ਤੁਹਾਡੇ ਹੱਥ ਬਹੁਤ ਸੋਹਣੇ ਆ ਕੇਰੂ ਹੱਸਦੇ ਹੋਏ ਕਹਿੰਦਾ ਇੰਨਾ ਹੱਥਾਂ ਨਾਲ ਮੈਂ ਡਾਕੇ ਮਾਰਦਾ ਵਾਂ ਕਤਲ ਵੀ ਕਰਦਾ ਵਾਂ ਤੇ ਤੂੰ ਇਹ ਨੈਤੀ ਕਹਿੰਦੀ ਮੈਂ ਕਹਿ ਰਹੀ ਆ ਨਾ ਤੁਹਾਡੇ ਹੱਥ ਬਹੁਤ ਸੋਹਣੇ ਆ ਕੇਰੂ ਕਹਿੰਦਾ ਪਹਿਲੀ ਵਾਰ ਸੁਣ ਰਿਹਾ ਵਾਂ ਇਹ ਨੈਤੀ ਕਹਿੰਦੀ ਹੈ ਤੁਸੀਂ ਨਹੀਂ ਜਾਣਦੇ ਆਪਣੇ ਆਪ ਨੂੰ ਤੁਸੀਂ ਆਪਣੇ ਬਾਰੇ ਬਹੁਤ ਘੱਟ ਸੁਣਿਆ ਮੈਂ ਕਿੰਨੀ ਆ ਮੈਂ ਕਿੰਨੀ ਖੁਸ਼ਕਿਸਮਤ ਹਾਂ ਮੈਨੂੰ ਤੁਹਾਡੇ ਜਿਹੇ ਮਰਦ ਮਿਲਿਆ ਉੱਚਾ ਲੰਮਾ ਭਰਵਾ ਚਿਹਰਾ ਚੋੜਾ ਮੱਥਾ ਠੀਕ ਆ ਉਹਦੀ ਤਾਰੀਫ ਕਰਨ ਲੱਗ ਜਾਂਦੀ ਹੈ ਤੇ ਫਿਰ ਕਿਹਰੂ ਗੇ ਹੱਸਦਾ ਹੋਇਆ ਕਹਿੰਦਾ ਇਦਾਂ ਦਾ ਤਾਂ ਮੈਂ ਆਪਣੇ ਬਾਰੇ ਬਹੁਤ ਸੁਣਿਆ ਇਹ ਨੇਤੀ ਕਹਿੰਦੀ ਹੈ ਕਿਸ ਕਿਸ ਦੇ ਕੋਲੋਂ ਤੇ ਕਿਹਰੂ ਕਹਿੰਦਾ ਲੋਕਾਂ ਕੋਲੋਂ ਅੱਖੇ ਕਿਹਰੂ ਅਰਗਾ ਦਲੇਰ ਮਰਦ ਹਰ ਮਾਨ ਨਹੀਂ ਜੰਮ ਸਕਦੀ ਠੀਕ ਆ ਉਹ ਕਹਿੰਦੇ ਆ ਤੇ ਇਹ ਨੇਤੀ ਜਿਹੜਾ ਹੈ ਨੇਤੀ ਹੈਗੀ ਉਹ ਕਹਿੰਦੀ ਹੈ ਪਰ ਮੈਂ ਤਾਂ ਸੱਚ ਕਹਿ ਰਹੀ ਆ ਮਤਲਬ ਜੋ ਕਹਿ ਰਹੀ ਆ ਮੈਂ ਸੱਚ ਕਹਿ ਰਹੀ ਆ ਤੇ ਉਧਰੋਂ ਕਹਿੰਦਾ ਹੈ ਕਿ ਤੈਨੂੰ ਮੇਰੇ ਕੋਲੋਂ ਡਰ ਨਹੀਂ ਲੱਗਦਾ ਇਨੇਤੀ ਮੰਜੇ ਤੇ ਬੈਠੇ ਆ ਤੁਹਾਡੇ ਜਿਹੜੇ ਮਰਦ ਜਿਸ ਦੇ ਸਿਰ ਦਾ ਸਾਈ ਹੋਵੇ ਉਹਨੂੰ ਕਾਦਾ ਡਰ ਤੇ ਕੇਹਰੂ ਲਾਇਆ ਪਰਵਾਈ ਨਾ ਕਹਿੰਦਾ ਗੱਲਾਂ ਤਾਂ ਐ ਕਰਦੀਆਂ ਜਿਵੇਂ ਤੂੰ ਮੇਰੀ ਮੇਰੇ ਨਾਲ ਲਾਵਾਂ ਲਈਆਂ ਹੁਣ ਤੇ ਇਨੇਤੀ ਇਹ ਮੰਜੇ ਦੇ ਬਾਹ ਤੇ ਹੱਥ ਫੜਦੇ ਆ ਫਿਰ ਵੀ ਆਪਣਾ ਕੋਈ ਤਾਂ ਸਾਂਝ ਹੈ ਆਪਣਾ ਮਤਲਬ ਕੋਈ ਤਾਂ ਸਾਂਝ ਹੈਗੀ ਹੈ ਸਾਡੀ ਤੇ ਜਿਹੜਾ ਕੇਹਰੂ ਹੈ ਉਹ ਕਹਿੰਦਾ ਇਹੋ ਜਿਹੀ ਸਾਂਝ ਮੈਂ ਪਤਾ ਨਹੀਂ ਕਿੰਨੇ ਨਾਲ ਜੋੜ ਚੁੱਕਾ ਹਾਂ ਇਨੇਤੀ ਕਹਿੰਦੀ ਹੈ ਮੇਰੇ ਤੇ ਉਹਨਾਂ 'ਚ ਕੋਈ ਫਰਕ ਨਹੀਂ ਹੈ ਫਿਰ ਕੇਹਰੂ ਕਹਿੰਦਾ ਨਹੀਂ ਫਰਕ ਤਾਂ ਹੈ ਕਹਲੇ ਨੇ ਜਦੋਂ ਸੌਦਾ ਕੀਤਾ ਸੀ ਤਾਂ ਨਾਲ ਇਹ ਵੀ ਕਿਹਾ ਸੀ ਕਿ ਸੌਦਾ ਸਿਰੇ ਦਾ ਹੀ ਚੜੇਗਾ ਜੇਕਰ ਤੂੰ ਮੈਨੂੰ ਪਸੰਦ ਕਰੇਂਗੀ ਤੇ ਜਦੋਂ ਮੈਂ ਤੇਰੇ ਸਾਹਮਣੇ ਹੋਵਾਂਗਾ ਤੇ ਇਹ ਨਤੀ ਕਹਿੰਦੀ ਹਾਂ ਕੀ ਹੋਇਆ ਸੀ ਤੇ ਕਿਹਰੂ ਕਹਿੰਦਾ ਕਦੇ ਅਸੀਂ ਹਾਕਮ ਸਾਹਮਣੇ ਹੁੰਦੇ ਆ ਮੈਂ ਡਰਿਆ ਨਹੀਂ ਸੀ ਪਰ ਉਸ ਦਿਨ ਤੇਰੇ ਸਾਹਮਣੇ ਆਂਦਿਆਂ ਮੇਰੇ ਪੈਰ ਥਿਰਕਣ ਲੱਗੇ ਸਨ ਇੱਕ ਕਤਲ ਦੇ ਕੇਸ ਵਿੱਚ ਫੈਸਲਾ ਸੁਣਨੋਂ ਮੈਂ ਕਬਰਾਇਆ ਨਹੀਂ ਪਰ ਜਦੋਂ ਉਸ ਦਿਨ ਤੇਰਾ ਫੈਸਲਾ ਸੁਣਿਆ ਕੰਬ ਰਿਆ ਸੀ ਕੇਹਰੂ ਦਾਸ ਨੰਬਰੀਆ ਜਿਹੜਾ ਅੱਗੇ ਕੋਈ ਬੰਦਾ ਨਹੀਂ ਸੀ ਖੜਿਆ ਉਸ ਦਿਨ ਇੱਕ ਕੁੜੀ ਕੋਲੋਂ ਸੁਣਨਾ ਚਾਹੁੰਦਾ ਸੀ ਕਿਉਂ ਮੈਨੂੰ ਮਨਜ਼ੂਰ ਹੈ ਇਹ ਨਤੀਜੇ ਮੈਂ ਨਾ ਕਰ ਦਿੰਦੀ ਤਾਂ ਕੀ ਤੁਸੀਂ ਮੈਨੂੰ ਚੁੱਕ ਕੇ ਲੈ ਜਾਂਦੇ ਕੇਹਰੂ ਕਹਿੰਦਾ ਐਵੇਂ ਨਾ ਐਵੇਂ ਕਿਵੇਂ ਨਾ ਕਰ ਦਿੰਦੀ ਇਹੋ ਜਿਹਾ ਦਲੇਰ ਮਰਦ ਛੱਡ ਕੇ ਹੋਰ ਤੂੰ ਅੰਬਰਾਂ ਦਾ ਤਾਰਾ ਤੋੜਨਾ ਸੀ ਤੇ ਇਹ ਨਤੀ ਕਹਿੰਦੀ ਹੈ ਭਾਵਕ ਹੁੰਦੇ ਆ ਤੂੰ ਮੈਨੂੰ ਭਾਵੇਂ ਖਰੀਦ ਕੇ ਲਿਆਇਆ ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਨਹੀਂ ਕਿ ਮੈਂ ਵਿਕ ਗਈਆਂ ਅੱਲਾ ਅੱਗੇ ਇਹੀ ਦੁਆ ਕਰਦੀਆਂ ਕਿ ਮੇਰਾ ਇਹੀ ਯਕੀਨ ਬਣਿਆ ਰਵੇ ਅੱਖਾਂ ਵਿੱਚ ਜਦ ਹੰਝੂ ਆ ਜਾਂਦਾ ਤੇ ਕਿਹਰੂ ਕਹਿੰਦਾ ਅੱਛਾ ਖਾਓ ਖਾਓ ਪੀਓ ਦੇ ਟਾਈਮ ਆਵੇ ਗਲੈਂਡੂ ਨਾ ਛੁੱਟ ਮਤਲਬ ਉਹ ਕਹਿੰਦਾ ਕਿ ਐਵੇਂ ਰੋ ਨਾ ਮੈਂ ਆਪਣੇ ਆंसू ਨਾ ਛੁੱਟ ਤੂੰ ਕੀ ਕਰ ਮਤਲਬ ਖਾ ਪੀ ਲੈ ਕੁਛ ਅੰਦਰ ਚਲਦੇ ਆ ਰੋਟੀ ਬਣਾ ਚੱਲ ਚੁੱਲੇ ਵਿੱਚ ਅੱਗ ਬਾਲ ਠੀਕ ਹੈ ਤੇ ਫਿਰ ਇਹਨੇ ਤੇ ਹੰਝੂ ਪੂੰਝ ਕੇ ਪਰ ਕਿੱਥੇ ਬਲਣਾ ਉਹ ਸ਼ਰਾਰਤ ਨਾ ਕਹਿੰਦਾ ਸਬਾਤ ਦੇ ਖੁੰਜੇ ਚ ਦੋਵੇਂ ਹੱਸਦੇ ਆ ਤੇ ਗੀਤ ਸ਼ੁਰੂ ਹੋ ਜਾਂਦਾ ਠੀਕ ਹੈ ਫਿਰ ਫੇਡ ਆਊਟ ਮਤਲਬ ਇਹ ਜਿਹੜਾ ਸੀਨ ਹੈ ਖਤਮ ਹੋ ਜਾਂਦਾ ਨੈਕਸਟ ਵੀਡੀਓ ਦੇ ਵਿੱਚ ਅਸੀਂ ਸੀਨ ਨੰਬਰ 3 ਕਰਾਂਗੇ ਠੀਕ ਹੈ ਐਂਡ ਪੰਜਾਬੀ ਦੀ ਫੁੱਲ ਪਲੇਲਿਸਟ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ